ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਲੁਧਿਆਣਾ ਦੇ 13 ਸਾਲ ਦੇ ਇਸ ਬੱਚੇ ਭਵਯ ਨੇ ਜਿੱਤ ਲਿਆ ਏ ਇੰਡੀਅਨ ਆਰਮੀ ਦਾ ਦਿਲ। ਇਹੀ ਨਹੀਂ, ਉਸਦੇ ਖੋਜ ਦੇ ਉੱਤੇ ਇੰਡੀਅਨ ਬੁੱਕ ਆਫ ਰਿਕਾਰਡਸ ਨੇ ਵੀ ਫਖਰ ਕੀਤਾ ਹੈ ਅਤੇ ਉਸਦਾ ਨਾਮ ਇੰਡੀਅਨ ਬੁੱਕਸ ਆਫ ਰਿਕਾਰਡ ਦੇ ਵਿੱਚ ਆ ਚੁੱਕਿਆ ਹੈ, ਕਿਉਂਕਿ ਭਵਯ ਨੇ ਬਣਾਇਆ ਏ ਇੱਕ ਅਨੋਖਾ ਰੋਬੋਟ। ਵੇਖਣ 'ਚ ਭਾਵੇਂ ਇਹ ਰੋਬੋਟ ਛੋਟਾ ਲੱਗ ਰਿਹਾ ਹੈ, ਪਰ ਇਸਦੇ ਕੰਮ ਬਹੁਤ ਵੱਡੇ ਹੈ। ਇਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਕਹਿਣਾ ਮੰਨ ਸਕਦਾ ਹੈ। ਇਸ ਨੂੰ CCTV ਕੰਟਰੋਲ ਵੀ ਲੱਗਾ ਹੋਇਆ। ਦਰਅਸਲ ਇਸਦਾ ਇਸਤੇਮਾਲ ਆਰਮੀ ਵਾਸਤੇ ਕੀਤਾ ਜਾਣਾ ਹੈ। ਇਹ ਕਿਸੇ ਵੀ ਏਰੀਏ ਦੇ ਵਿੱਚ ਪੈਰਾਸ਼ੂਟ ਦੇ ਜ਼ਰੀਏ ਛੱਡ ਦਿੱਤਾ ਜਾਏਗਾ। ਜੇਕਰ ਭਵਯ ਦੀ ਮੰਨੀਏ ਤਾਂ ਇਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਹਾਲਾਤ ਦੇ ਵਿੱਚ ਭੋਜਨ ਵੀ ਪਹੁੰਚਾ ਸਕਦਾ ਹੈ। ਇਹੀ ਨਹੀਂ, ਇਸ ਤੋਂ ਇਲਾਵਾ ਕਿਸੇ ਵੀ ਪਰਿਸਥਿਤੀ ਦੇ ਵਿੱਚ ਇਹ ਕਿਸੇ ਵੀ ਚੀਜ਼ ਨੂੰ ਸੁੱਟ ਸਕਦਾ ਹੈ। ਯਾਨੀ ਕਿ ਇਸਦਾ ਇਸਤੇਮਾਲ ਕਿਸੇ ਵੀ ਪਰਿਸਥਿਤੀ ਦੇ ਵਿੱਚ ਇੰਡੀਅਨ ਆਰਮੀ ਕਰ ਸਕਦੀ ਹੈ। ਦੇਸ਼ ਦੀ ਸੈਨਾ ਪ੍ਰਮੁੱਖ ਨੇ ਵੀ ਇਸ ਖੋਜ ਦੀ ਤਾਰੀਫ ਕੀਤੀ। ਇਸ ਤੋਂ ਇਲਾਵਾ ਇਸ ਖੋਜ ਦਾ ਨਾਮ ਹੁਣ ਇੰਡੀਅਨ ਬੁੱਕ ਆਫ ਰਿਕਾਰਡ 'ਚ ਆ ਚੁੱਕਿਆ। ਤੁਸੀਂ ਆਪ ਹੀ ਸੁਣੋ ਕੀ ਹੈ ਇਹ ਖੋਜ। ਬੇਸਿਕਲੀ ਵੈਪਨਸ, ਫੂਡ ਔਰ ਫਸਟ ਏਡ ਜੋ ਹੈ ਵੋ ਆਰਮੀ ਕੇ ਪਾਸ ਜਾ ਕੇ ਉਸੇ ਪਹੁੰਚਾਏਗਾ। ਇਸੇ ਹਮ ਹੈਲੀਕਾਪਟਰ ਸੇ ਲੈਂਡ ਕਰੇਂਗੇ ਪੈਰਾਸ਼ੂਟ ਕੇ ਦੁਆਰਾ, ਵੈਸੀ ਜਗ੍ਹਾ ਪੇ ਜੈਸੇ ਸਿਆਚਿਨ ਹੋ ਗਿਆ, LOC ਜਹਾਂ ਪੇ ਬਹੁਤ ਜ਼ਿਆਦਾ ਖਤਰਨਾਕ ਸਿਚੁਏਸ਼ਨ ਹੈ। ਉਸਕੇ ਬਾਅਦ ਇਸਕਾ ਆਈਡੀਆ ਮੇਰੇ ਕੋ 3 ਮਹੀਨੇ ਪਹਿਲੇ ਮੈਂ ਕੁਛ ਸੋਚ ਰਿਹਾ ਥਾ ਕਿ ਮੈਂ ਕੁਛ ਬਣਾਊਂ ਜਿਸਸੇ ਹਮ ਪ੍ਰੈਕਟੀਕਲੀ ਯੂਜ਼ ਕਰ ਸਕੇ। ਫਿਰ ਮੇਰੇ ਕੋ ਇਸ ਰੋਬੋਟ ਕੇ ਬਾਰੇ ਮੇਂ ਕੁਛ ਆਈਡੀਆ ਆਇਆ, ਫਿਰ ਮੈਂ ਇਸੇ ਬਣਾਉਣਾ ਸ਼ੁਰੂ ਕੀਆ। ਉਸਕੇ ਬਾਅਦ ਮੇਰੇ ਸੇ ਇਹ ਰੋਬੋਟ ਪੂਰਾ ਬਣ ਗਿਆ। ਹਮ ਰਿਮੋਟ ਕੇ ਦੁਆਰਾ ਓਪਰੇਟ ਕਰ ਸਕਦੇ ਹੈਂ। ਅਗਰ ਇਹ ਅਗਰ ਮਿਲਟਰੀ ਦੂਸਰੀ ਆਰਮੀ ਕੇ ਹੱਥ ਲੱਗ ਜਾਏ ਤੋ ਉਸਕੋ ਵੋ ਫਿਰ ਉਸ ਸਮੇਂ ਇਸਕੋ ਕਿਸ ਤਰ੍ਹਾਂ ਆਪ ਡਿਫਿਊਜ਼ ਕਰੋਗੇ? ਇਸਕੇ ਅੰਦਰ ਨਾ ਜੀਓ ਫੈਂਸਿੰਗ ਕਾ ਇੱਕ ਸਿਸਟਮ ਹੈ, ਜਿਸੇ ਇਸੇ ਜੋ ਕੰਮ ਕਰਨਾ ਹੈ ਉਸਕੇ ਲਈ ਉਸੇ ਪਾਥ ਦੇ ਦੇਂਗੇ। ਅਗਰ ਉਸ ਪਾਥ ਸੇ ਵੋ ਦੂਰ ਜਾਏਗਾ ਤੋ ਇਹ ਆਪਣੇ ਆਪ ਰੋਬੋਟ ਰੁਕ ਜਾਏਗਾ, ਕੰਮ ਕਰਨਾ ਬੰਦ ਕਰ ਜਾਏਗਾ। ਤੋ ਅਬ ਆਪ ਅਗਰ ਇਸਕੋ ਕਿਸੀ ਕੋ ਆਪਣੇ ਦਿਖਾਇਆ ਜਾਂ ਕਿਸੀ ਨੇ ਆਪਕੋ ਐਪਰੀਸ਼ੀਏਟ ਵੀ ਕੀਆ ਹੈ ਕਿਸੀ ਮਿਨਿਸਟਰੀ ਮੇਂ ਜਾਂ ਆਰਮੀ ਕੇ ਕਿਸੀ ਚੀਫ ਕੋ? ਹਾਂਜੀ, ਹਮ ਹੈਦਰਾਬਾਦ ਗਏ ਥੇ ਇਸ ਰੋਬੋਟ ਕੋ ਪ੍ਰੈਜ਼ੈਂਟ ਕਰਨੇ। ਵਹਾਂ ਪੇ ਹਮੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੈਂਕਈਆ ਨਾਇਡੂ ਨੇ ਬਹੁਤ ਐਪਰੀਸ਼ੀਏਟ ਕੀਆ ਥਾ ਹਮਾਰੇ ਰੋਬੋਟ ਕੇ ਲੀਏ। ਉਸਕੇ ਬਾਅਦ ਹਮਾਰੇ ਸਕੂਲ ਮੇਂ ਚੀਫ ਆਫ ਆਰਮੀ ਸਟਾਫ ਵਿਪਿਨ ਰਾਵਤ ਆਏ ਥੇ ਔਰ ਉਨ੍ਹਾਂਨੇ ਵੀ ਉਨਕੋ ਵੀ ਬੜਾ ਅੱਛਾ ਲਗਾ ਇਹ ਰੋਬੋਟ। ਹਮੇ ਰਿਮੋਟ ਸੈਂਸਿੰਗ ਸੈਂਟਰ, ਪੰਜਾਬ ਰਿਮੋਟ ਸੈਂਸਿੰਗ ਸੈਂਟਰ PAU ਮੇਂ ਵੀ ਇਸੇ ਪ੍ਰੈਜ਼ੈਂਟ ਕੀਆ ਥਾ। ਤੋ ਲਗਾ ਜਿਸ ਤਰ੍ਹਾਂ ਆਪਕਾ ਨਾਮ ਕਹਾਂ ਪੇ ਆ ਚੁੱਕਾ ਹੈ? ਇੰਡੀਆ ਬੁੱਕ ਆਫ ਰਿਕਾਰਡਸ ਮੇਂ ਮੇਰਾ ਨਾਮ ਆਇਆ ਹੈ ਔਰ ਮੈਂ ਇਸਸੇ ਬਹੁਤ ਖੁਸ਼ ਹੂੰ।